12 साल कैप्टन अमरिंदर सिंह की वजह नाल मैं भी काले पानी रहा। जिहड़ियां 100-100 150-150 साल दियां पुरानियां गड्डियां ने ना, साल च एक बार कढ़ दे। कैप्टन अमरिंदर सिंह भी पुरानी जिहड़ी विंटेज कार है उहदे वर्गा है। एक छोटा जिहा फेरा लिया तो हुण पक्के तौर फिर गराज जाके बैठ गए। पावन गुरु ग्रंथ साहिब जी की बेदबियां जिहड़ियां होईयां उहदे विच सरकारां दोषियां ने। सही मायने च ईयर मार्क करन दे विच ते सजावां दिवाउण च असीं नाकामयाब रहे हां। ਉਹਨਾਂ ਪਾਪੀਆਂ ਦੇ ਗਲ ਵਿੱਚ ਅਸੀਂ ਪਰਨਾ ਹਰ ਹਾਲ 'ਚ ਪਾਵਾਂਗੇ। ਅੰਤਿਮ ਅਰਦਾਸ ਦੇ ਵਿੱਚ ਆਏ, ਸਭ ਤੋਂ ਪਹਿਲਾਂ ਦੋ ਸ਼ਬਦ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਰਿਆਂ ਨੂੰ ਪਹਿਲੇ ਤਾਂ ਸਰ ਰਣਬੀਰ ਸਿੰਘ ਖੱਟੜਾ ਅਤੇ ਖੱਟੜਾ ਪਰਿਵਾਰ ਸਾਹਿਬ, ਇਹ ਮੇਰਾ ਬਹੁਤ ਹੀ ਨਿੱਜੀ ਪਿਆਰ ਰੱਖਣ ਵਾਲਾ ਪਰਿਵਾਰ ਹੈ, ਕਿਉਂਕਿ ਅਸੀਂ ਸਾਰਿਆਂ ਨੂੰ ਵੱਡੀ ਨੇੜਤਾ ਸਾਡੀ ਕਿ ਅਸੀਂ ਇੱਕੋ ਸਕੂਲ ਦੇ, ਪੰਜਾਬ ਪਬਲਿਕ ਸਕੂਲ ਨਾਭਾ। ਚੰਦ ਸਾਲ ਮੇਰੇ ਤੋਂ ਜੂਨੀਅਰ ਸੀ, ਬਟ ਜਦੋਂ ਇਹ ਸਰਵਿਸ 'ਚ ਆਏ ਨੇ, ਮੈਂ ਸਿਆਸਤ ਵਿੱਚ ਸੀ, ਇਹ ਸਰਵਿਸ ਵਿੱਚ ਸਾਂ, ਤਾਂ ਉਦੋਂ ਦਾ ਹੀ ਸਾਡਾ ਨੇੜੇ ਗੁਰਦਾਸਪੁਰ ਵੀ ਰਹੇ, ਜਿੱਥੇ ਵੀ ਰਹੇ ਨੇ ਮੇਰੇ ਨਾਲ ਤਾਲਮੇਲ 'ਚ ਰਹੇ ਨੇ। ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਗੁਰੂ ਮਰਿਆਦਾ ਦੇ ਮੁਤਾਬਕ, ਪੰਥ ਦੀਆਂ ਕਦਰਾਂ ਕੀਮਤਾਂ ਦੇ ਮੁਤਾਬਕ, ਪੰਜਾਬ ਪੁਲਿਸ ਦੇ ਉੱਚ ਪਦਵੀ ਤੋਂ ਰਿਟਾਇਰ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਜਿਹੜੀ ਸਿੱਖੀ ਦਿੱਖ ਹੈ, ਪੰਥਕ ਦਿੱਖ ਹੈ, ਉਹਨੂੰ ਵੀ ਕਾਇਮ ਰੱਖਿਆ ਅਤੇ ਅਸੂਲ ਦੇ ਵੀ ਰਹੇ। ਸਾਰਿਆਂ ਨਾਲੋਂ ਵੱਡੀ ਗੱਲ ਹੈ, ਦਿੱਖ ਕਈਆਂ 'ਚ ਹੁੰਦੀ, ਅਸੂਲ ਨਹੀਂ ਹੁੰਦਾ, ਕਈਆਂ 'ਚ ਅਸੂਲ ਹੁੰਦਾ, ਦਿੱਖ ਨਹੀਂ ਹੁੰਦੀ। ਸੋ ਇਸ ਗੱਲ ਕਾਰਨ ਗੁੜਤੀ ਮਿਲੀ ਇਹਨਾਂ ਦੇ ਮਦਰ ਕੋਲੋਂ, 94 ਈਅਰਸ ਦੀ ਏਜ 'ਚੋਂ ਗਏ ਨੇ ਸਵਰਗਾਂ ਦੇ ਵਿੱਚ, ਉਹਨਾਂ ਦਾ ਵਾਸਾ ਹੋਏ, ਤਾਂ ਖੁਸ਼ੀਆਂ ਭਰਿਆ ਪਰਿਵਾਰ ਛੱਡ ਕੇ ਗਏ ਨੇ। ਨਾਮੀ ਪਰਿਵਾਰ ਰਹੇ, ਸਿਆਸੀ ਤੌਰ 'ਤੇ ਵੀ ਇਹਨਾਂ ਦੇ ਬ੍ਰਦਰਸ, ਇਹਨਾਂ ਦਾ ਬੇਟਾ ਸਾਰੇ ਸਿਆਸਤ ਤਲਕ ਰੱਖਦੇ ਨੇ। ਅਤੇ ਇੱਕ ਵੱਡੀ ਡਿਊਟੀ ਮੇਰਾ ਖਿਆਲ ਜੇ ਪਿਛਲੀਆਂ ਸਰਕਾਰਾਂ ਜਿਹਦੇ 'ਚ ਫੇਲ ਹੋਈਆਂ ਅਤੇ ਮੌਜੂਦਾ ਵੀ ਹੋਈ ਹੈ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀਆਂ ਜਿਹੜੀਆਂ ਹੋਈਆਂ ਉਹਦੇ ਵਿੱਚ ਸਰਕਾਰਾਂ ਦੋਸ਼ੀਆਂ ਨੂੰ ਸਹੀ ਮਾਇਨੇ 'ਚ ਈਅਰ ਮਾਰਕ ਕਰਨ ਦੇ ਵਿੱਚ ਅਤੇ ਸਜ਼ਾਵਾਂ ਦਿਵਾਉਣ 'ਚ ਅਸੀਂ ਨਾਕਾਮਯਾਬ ਰਹੇ ਹਾਂ। ਤੋ ਇਸ ਦੇ ਵਿੱਚ ਆਉਂਦੇ ਟਾਈਮ ਦੇ ਵਿੱਚ ਖੱਟੜਾ ਸਾਹਿਬ ਦੀਆਂ ਸਰਵਿਸਿਜ ਸੂਬਾ ਵੇਲ ਕਰੇਗਾ। ਉਹਨਾਂ ਪਾਪੀਆਂ ਦੇ ਗਲ ਵਿੱਚ ਅਸੀਂ ਪਰਨਾ ਹਰ ਹਾਲ 'ਚ ਪਾਵਾਂਗੇ। ਜੇ ਅੱਜ ਨਹੀਂ ਪਿਆ ਤਾਂ ਕੱਲ੍ਹ ਪਏਗਾ, ਕੱਲ੍ਹ ਨਹੀਂ ਤਾਂ ਪਿਆ ਤਾਂ ਪਰਸੋਂ ਪਏਗਾ। ਸੋ ਮੈਂ ਜਿਸ ਤਰ੍ਹਾਂ ਬੁਰਜ ਸਿੰਘ ਜਵਾਰਵਾਲਾ ਦੀ ਗੱਲ ਕੀਤੀ ਜਾਵੇ, ਜਿੱਥੇ ਘਟਨਾ ਵਾਪਰੀ ਸੀ ਉਹਨਾਂ ਦਾ ਪਰਿਵਾਰ ਵੀ ਉਰੇ ਆਇਆ ਪਿਆ, ਕਹਿੰਦਾ ਜਦੋਂ ਅਸੀਂ ਵੀ ਉੱਥੇ ਕੋਰਟ ਦੇ ਵਿੱਚ ਆਪਣੀ ਜਿਹੜੀ ਜਾਂਚ ਵਾਸਤੇ ਜਾਂਦੇ ਹਾਂ, ਆਪਣੇ ਬਿਆਨ ਦੇਣ ਵਾਸਤੇ ਜਾਂਦੇ ਹਾਂ, ਤਾਂ ਤੁਹਾਨੂੰ ਜ਼ਰਾ ਠੈਡ ਕੀਤਾ ਜਾਂਦਾ ਕਿ ਉਸ ਪਰਿਵਾਰ ਦੀ ਸੁਰੱਖਿਆ ਦੇ ਲਈ ਕਾਂਗਰਸ ਪਾਰਟੀ ਵੱਲੋਂ ਤੁਹਾਡੇ ਵੱਲੋਂ ਕੀ ਹੈ ਵੀ ਉਹ ਪਾਰਟੀ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਸਹੀ ਰਹਿ ਸਕੇ? ਦੇਖੋ, ਮੈਂ ਤਾਂ ਆਇਆ ਹੀ ਹੋਣਾ 2-2.5 ਸਾਲ ਦਾ, ਤੁਹਾਨੂੰ ਪਤਾ 12 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਵਜ੍ਹਾ ਨਾਲ ਮੈਂ ਵੀ ਕਾਲੇ ਪਾਣੀ ਰਿਹਾ, ਕਾਲੇ ਪਾਣੀ ਤੋਂ ਮੈਂ ਵੀ ਹੁਣ ਪਰਤੇ ਹਾਂ। ਮੈਨੂੰ ਮਿਲਣ ਜਦੋਂ ਸਾਰੋਂ ਪਹਿਲੇ ਬਹਿਬਲ ਕਲਾਂ 'ਤੇ ਬਰਗਾੜੀ ਦਾ ਕਾਂਡ ਹੋਇਆ, ਤੁਹਾਡਾ ਦਾਸ ਪ੍ਰਧਾਨ ਸੀ ਪੰਜਾਬ ਪ੍ਰਦੇਸ਼, ਮੈਂ ਪਹਿਲਾ ਵਿਅਕਤੀ ਸੀ ਜਿਹੜਾ ਪਹੁੰਚਿਆ ਸੀ, ਉਦੋਂ ਵੀ ਹਾ ਦਾ ਨਾਰਾ ਇਹਨਾਂ ਦੇ ਹੱਕ 'ਚ ਮਾਰਿਆ ਸੀ। ਅੱਜ ਵੀ ਜੋ ਸਾਡੇ ਲਾਇਕ ਜੋ ਵੀ ਹੁਕਮ ਜਾਰੀ ਕਰਨਗੇ ਅਸੀਂ ਕਰਾਂਗੇ। ਇਸ ਤੋਂ ਪਹਿਲੇ ਉਸ ਵਕਤ ਹੀ ਮੈਨੂੰ ਮਿਲੇ ਨੇ, ਉਸ ਤੋਂ ਬਾਅਦ ਕਦੀ ਇਹਨਾਂ ਨੇ ਮੇਰੇ ਤੱਕ ਕੋਈ ਕਿਸੇ ਕਿਸਮ ਦਾ ਰਾਬਤਾ ਅਪਣਾਇਆ ਨਹੀਂ। ਹੁਣ ਜੇ ਰਾਬਤਾ ਅਪਣਾਉਣ ਕੇ ਜੋ ਕਿਸਮ ਦੀ ਵੀ ਮਦਦ ਚਾਹੀਦੀ ਇਸ ਪਰਿਵਾਰ ਨੂੰ ਅਸੀਂ ਕਰਾਂਗੇ ਸਾਡੇ। ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ ਹੈ, ਕੈਪਟਨ ਅਮਰਿੰਦਰ ਸਿੰਘ ਮੋੜ ਜਿਹੜੇ ਨੇ ਦੁਬਾਰਾ ਸਿਆਸਤ ਦੇ ਵਿੱਚ ਆ ਗਏ, ਉਹਦੀ ਮੰਡੀ ਦਾ ਦੌਰਾ ਕੀਤਾ, ਕੀ ਲੱਗਦਾ ਉਹਨੂੰ? 82 ਸਾਲ ਦੀ ਉਮਰ 'ਚ ਕਾਕਾ, ਇੱਕ ਵਿੰਟੇਜ ਰੈਲੀ ਹੁੰਦੀ ਵੱਡੇ ਸ਼ਹਿਰਾਂ 'ਚ, ਜਿਹੜੀਆਂ 100-100 150-150 ਸਾਲ ਦੀਆਂ ਪੁਰਾਣੀਆਂ ਗੱਡੀਆਂ ਨੇ ਨਾ, ਉਹ ਸਾਲ 'ਚ ਇੱਕ ਵਾਰ ਕੱਢ ਦੇ, ਸੋ ਦੈਟ ਉਹ ਬਿਲਕੁਲ ਹੀ ਬੈਟਰੀ ਬੂਟਰੀ ਫੇਲ ਨਾ ਹੋ ਜਾਵੇ, ਥੋੜ੍ਹਾ ਮੋਟਾ ਤੇਲ ਤੂਲ ਪਾ ਕੇ 2-3 ਕਿਲੋਮੀਟਰ ਮੈਕਸੀਮਮ ਉਹ ਚੱਲਦੀਆਂ, ਫਿਰ ਉਹਨਾਂ ਦੇ ਮਾਲਕ ਘੁਮਾ ਕੇ ਫਿਰ ਵਾਪਸ ਉਹਨਾਂ ਨੂੰ ਗਰਾਜ ਦੇ ਵਿੱਚ ਲਾ ਦਿੰਦੇ ਗੱਡੀਆਂ ਨੂੰ। ਕੈਪਟਨ ਅਮਰਿੰਦਰ ਸਿੰਘ ਵੀ ਪੁਰਾਣੀ ਜਿਹੜੀ ਵਿੰਟੇਜ ਕਾਰ ਹੈ ਉਹਦੇ ਵਰਗਾ, 3 ਸਾਲਾਂ ਬਾਅਦ ਆਇਆ, ਇੱਕ ਛੋਟਾ ਜਿਹਾ ਫੇਰਾ ਲਿਆ ਅਤੇ ਹੁਣ ਪੱਕੇ ਤੌਰ ਫਿਰ ਗਰਾਜ 'ਚ ਜਾ ਕੇ ਬੈਠ ਗਿਆ, ਅਤੇ ਇਹਦੇ ਤੋਂ ਇਹ ਵਿੰਟੇਜ ਰੈਲੀ ਵਾਸਤੇ ਇਹਨਾਂ ਨੂੰ ਸੱਦਿਆ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਗੱਲ ਕੀਤੀ ਆ, ਮੰਡੀਆਂ ਤੁਸੀਂ ਜਾ ਕੇ ਆਇਓ, ਦੌਰਾ ਕੀਤਾ, ਪਰ ਸਰਕਾਰ ਦਾਅਵਾ ਕਰ ਰਹੀ ਹੈ, ਕਹਿੰਦੇ ਹੁਣ ਮੰਡੀਆਂ ਬਿਲਕੁਲ ਖਾਲੀ ਹੋ ਗਈਆਂ, ਟਰੱਕ 'ਤੇ ਟਰੱਕ ਚੱਲਣ ਲੱਗ ਗਏ, ਕਹਿੰਦੇ ਕੋਈ ਸੈਲਰ ਵਾਲਿਆਂ ਨੂੰ ਦਿੱਕਤ ਨਹੀਂ ਆਊਗੀ, ਆੜ੍ਹਤੀ ਖੁਸ਼ ਹੋ ਗਏ ਕਹਿੰਦੇ। ਦੇਖੋ, ਇਹਦੇ ਕੋਲ PhD ਹੈ ਭਗਵੰਤ ਮਾਨ ਕੋਲ ਝੂਠ ਬੋਲਣ, ਸਟੈਂਡ ਅਪ ਕਮੇਡੀਅਨ ਹੈ। ਜੋ ਯੂਕਰੇਨ ਦਾ ਹਾਲ ਉੱਥੋਂ ਦੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੇ ਕਰਾਇਆ, ਉਹੀ ਪੰਜਾਬ ਦਾ ਹਾਲ ਇਹ ਕਰਾ ਕੇ ਜਾਏਗਾ, ਨਿਰਾ ਝੂਠ। ਦਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ। Call or scan QR code to contact us. Rodis Inc. Million Miles with Smile or scan QR code to contact us.
Flying Bird Truck Repair, trust we build in truck repair, or scan QR code to contact us. The Masala Twist, Oxnard Fine Authentic Indian Cuisine, or scan QR code to contact us. Pizza Twist, taste with twist, order today, call or visit website or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered, California, certified agency manager who can help you, your family and your small business with health insurance. Call at 1-877-830-3270 or scan QR code to call or text.